ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਚੰਡੀਗੜ੍ਹ ਦੇ ਸੈਕਟਰ 22 ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਉੱਥੇ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਦਾ ਭੇਤ ਭਰੇ ਹਾਲਾਤਾਂ 'ਚ ਕਤਲ ਹੋ ਗਿਆ। ਜਾਣਕਾਰੀ ਮੁਤਾਬਿਕ ਇਹ ਲੜਕੀਆਂ ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਸਨ ਜੋ ਜੀਰਕਪੁਰ ਦੀ ਇੱਕ ਫੈਕਟਰੀ ਵਿੱਚ ਨੌਕਰੀ ਕਰਦੀਆਂ ਸਨ। ਮੌਕੇ ਤੇ ਪੁੱਜੀ ਪੁਲਿਸ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈ ਅਗਲੀ ਕਾਰਵਾਈ ਆਰੰਭ ਕਰ ਦਿੱਤੀ। ਪੁਲਿਸ ਮੁਤਾਬਿਕ ਇਹਨਾਂ ਲੜਕੀਆਂ ਦਾ ਤੇਜ਼ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਲੜਕੀਆਂ ਦਾ ਨਾਮ ਮਨਪ੍ਰੀਤ ਕੌਰ ਅਤੇ ਰਾਜਵੰਤ ਕੌਰ ਹੈ। इसकी थोड़ी देर पहले इतला मिली पुलिस को, तो यहाँ पे दो डेड बॉडीज़ मिली है। अभी ये दोनों सिस्टर्स हैं, मनप्रीत कौर और रजवंत कौर। ये पीछे से पंजाब की फाजिलका की रहने वाली है। इनके पेरेंट्स को हमने इतला दी है, वो आ रहे हैं। इनके ब्रदर को भी इतला दी है, वो भी आ रहे हैं। तो मर्डर्स का स्पॉट देख के ये लग रहा है कि शार्प वेपन एज वेल एज ब्लंट वेपन दोनों ही यूज़ हुआ है। काफ़ी स्ट्रगल भी हुआ है यहाँ पर। आसपास के जो लोग हैं उनके मदद से, उन्होंने काफ़ी कोऑपरेट किया है, उनकी मदद से कुछ सस्पेक्ट्स के नाम पता चले हैं। तो लोकल पुलिस और क्राइम ब्रांच की अलग अलग टीमें भेज रहे हैं उन सस्पेक्ट्स को, मतलब चेक करने के लिए कि वो उस वक्त कहाँ थे। तो ऐसा लग रहा है इस टाइम पे कि ये कल रात के बीच की बात है, कहीं पे रात को अराउंड 4-1 बजे के आसपास की बात हो सकती है। ਦੱਸ ਦਈਏ ਕਿ ਜਦੋਂ ਨਜ਼ਦੀਕ ਦੇ CCTV ਕੈਮਰੇ ਦੀਆਂ ਤਸਵੀਰਾਂ ਨੂੰ ਘੁੰਘਾਲਿਆ ਗਿਆ ਤਾਂ ਜੀਰਕਪੁਰ ਦੇ ਰਹਿਣ ਵਾਲੇ ਕੁਲਦੀਪ ਨਾਂ ਦੇ ਸ਼ਖਸ ਦਾ ਚਿਹਰਾ ਸਾਹਮਣੇ ਆਇਆ ਹੈ, ਜੋ ਪਹਿਲਾਂ ਵੀ ਇਹਨਾਂ ਭੈਣਾਂ ਦੇ ਕੋਲ ਆਇਆ ਕਰਦਾ ਸੀ, ਜਿਸ ਦੀ ਤਲਾਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।